ਹੁਣ ਸੁਣੋ ਗੱਲ ਤੇ ਗੱਲ ਐਕਸਕਲੂਸਿਵਲੀ ਔਨ ਸਪੋਟੀਫਾਈ ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਵੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ ਤਾਂ ਕਹਿੰਦੇ ਮੈਂ ਬਿਲਕੁਲ ਸਹੀ ਸੀ ਜਦੋਂ ਮੇਰੇ ਕੋਲੇ ਆ ਕੇ ਲੋਕੀ ਅਫਸੋਸ ਕਰਨ ਲੱਗੇ ਵੀ ਜਦਾਂ ਤੁਹਾਡੇ ਅੰਟੀ ਵੀ ਨੂੰ ਉਠਣ ਨਹੀਂ ਸੀ ਦਿੰਦੇ ਉਹ ਹੌਲੀ ਹੌਲੀ ਡਿਪਰੈਸ਼ਨ 'ਚ ਚਲੇ ਗਏ ਹਨਾ ਜਿਨੇ ਵੀ ਪਤਾ ਲੈਣਾ ਹੋਣਾ ਖਾਸ ਕਰਕੇ ਨਾ ਬੀਬੀਆਂ ਤੇ ਉਹ ਕੋਈ ਚੜਦੀ ਕਲਾ ਵਾਲੀ ਗੱਲ ਨਹੀਂ ਸੀ ਕਰਦੀ ਉਹ ਕਹਿੰਦੇ ਸੀ ਅੱਛਾ ਅੱਛਾ ਤੈਨੂੰ ਤਾਂ ਐਡੀ ਬਿਮਾਰੀ ਹੋਗੀ ਭੈਣੇ ਕੈਂਸਰ ਦਾ ਤਾਂ ਨਾ ਹੀ ਮਰਨਾ ਨਾ ਵੀ ਤੂੰ ਤਾਂ ਕਹਿੰਦੇ ਮੈਨੂੰ ਐ ਮਹਿਸੂਸ ਹੋਣ ਲੱਗ ਜਾਂਦਾ ਸੀ ਵੀ ਮੈਂ ਤਾਂ ਅੱਜ ਮਰੀ ਮੈਂ ਤਾਂ ਕੱਲ ਮਰੀ ਹੈ ਨਾ ਕਈ ਵਾਰ ਜੇ ਤੁਸੀਂ ਸੱਸਰੀ ਵੀ ਕਿਸੇ ਨੂੰ ਕਹਦੇ ਨਾ ਵੀ ਮੇਰਾ ਢਿੱਡ ਦੁਖਦਾ ਨਾ ਫਿਰ ਬਾਕੀ ਦੇ ਲੱਛਣ ਨਾ ਤੁਹਾਨੂੰ ਮੋਰੇ ਆਉਂਦਾ ਜਦੋਂ ਤੇਰਾ ਢਿੱਡ ਦੁਖਦਾ ਫਿਰ ਤੈਨੂੰ ਐ ਵੀ ਹੁੰਦਾ ਹਾਂ ਐ ਵੀ ਹੁੰਦਾ ਕਦੇ-ਕਦੇ ਅੱਛਾ ਅੱਛਾ ਉਨਾ ਫਿਰ ਸ਼ੁਰੂਆਤ ਉਦੋਂ ਹੀ ਹੁੰਦੀ ਹੈ ਜਦੋਂ ਉਹਨਾਂ ਨੇ ਬੜੀ ਸੋਹਣੀ ਗੱਲਬਾਤ ਕੀਤੀ ਸੀ ਉਹ ਕਹਿੰਦੇ ਸੀਗੇ ਕਿ ਬਿਮਾਰੀ ਤੁਹਾਡੇ ਸਰੀਰ ਨੂੰ ਹੋਣੀ ਚਾਹੀਦੀ ਹੈ ਤੁਹਾਡੇ ਦਿਮਾਗ 'ਚ ਨਹੀਂ ਜਾਣੀ ਚਾਹੀਦੀ ਹੈ ਨਾ ਪਰ ਇਹ ਪਹਣੇ ਬਹੁਤ ਵੱਡਾ ਫੈਕਟ ਹੈ ਕਿ ਦਵਾਈ ਨੇ ਤਾਂ ਆਪਣਾ ਕੰਮ ਕਰਨਾ ਹੀ ਕਰਨਾ ਪਰ ਜਿਹੜੀ ਤੁਹਾਡੀ ਇੱਕ ਵਿਲ ਪਾਵਰ ਹੁੰਦੀ ਹੈ ਜਾਂ ਤੁਹਾਡੀ ਜਿਹੜੀ ਮਾਨਸਿਕ ਅਵਸਥਾ ਹੁੰਦੀ ਹੈ ਉਹਨੇ ਤੁਹਾਨੂੰ ਠੀਕ ਕਰਨ 'ਚ ਬਹੁਤ ਵੱਡਾ ਰੋਲ ਪਲੇ ਕਰਨਾ ਹੁੰਦਾ ਹੈ ਨਾ ਜਦੋਂ ਇੱਕ ਬੰਦਾ ਬਿਮਾਰ ਹੁੰਦਾ ਨਾ ਇੱਕ ਤਰ੍ਹਾਂ ਨਾਲ ਪੂਰਾ ਘਰ ਹੀ ਬਿਮਾਰ ਹੋਇਆ ਵਰਗਾ ਹੋ ਜਾਂਦਾ ਰਾਤ ਨੂੰ ਅਸੀਂ ਉਹਨੂੰ ਸੰਭਾਲਦੇ ਸੀਗੇ ਤੇ ਸਾਡਾ ਪੂਰਾ ਜਿਹੜਾ ਦਿਨ ਆ ਨਾ ਉਹ ਰਿਸ਼ਤੇਦਾਰਾਂ ਨੂੰ ਚਾਹ ਪਾਣੀ ਪਿਲਾਉਣ ਤੇ ਲੰਘ ਜਾਂਦਾ ਸੀਗਾ ਜਿਹੜਾ ਬਿਮਾਰ ਬੰਦਾ ਵਾ ਉਹਨੂੰ ਇਹ ਚੀਜ਼ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਕਿ ਜਿਹੜੀ ਚੀਜ਼ ਵਾਰੀ ਤੁਸੀਂ ਜ਼ਿਆਦਾ ਗੱਲ ਕਰੋਗੇ ਨਾ ਉਹੀ ਚੀਜ਼ ਤੁਸੀਂ ਅਟਰੈਕਟ ਕਰ ਰਹੇ ਹੋ ਤੇ ਕਈ ਬਿਮਾਰ ਬੰਦੇ ਸੱਚੀ ਉਹ ਇਮੋਸ਼ਨਲ ਸਿੰਪਥੀ ਨੂੰ ਜਾਣ ਬੁੱਝ ਕੇ ਲੈਣਾ ਚਾਹੁੰਦੇ ਨੇ ਹਨਾ ਕਿ ਉਹ ਹੁੰਦੇ ਨੇ ਕਿ ਨਹੀਂ ਮੇਰੇ ਤੇ ਸਾਰੇ ਧਿਆਨ ਦੇਣ ਇਹ ਚੀਜ਼ ਜ਼ਰੂਰੀ ਨਹੀਂ ਹੈਗੀ ਵੀ ਕੋਈ ਵੀ ਬੰਦਾ ਜਿਹੜਾ ਉਹ ਕੈਂਸਰ ਨਾਲ ਮਰੂ ਜਾਂ ਕੋਈ ਬੰਦਾ ਜਿਹੜਾ ਉਹ ਹਾਰਟ ਪ੍ਰੋਬਲਮ ਨਾਲ ਜਿਹਨੂੰ ਅਸੀਂ ਕਹਿੰਦੇ ਆ ਕਿ ਵੱਡੀਆਂ ਬਿਮਾਰੀਆਂ ਨਾਲ ਮਰਨਾ ਤਾਂ ਤੁਸੀਂ ਸੁੱਤੇ ਪਏ ਵੀ ਮਰ ਜਾਓ ਕੋਈ ਤੰਦਰੁਸਤ ਬੰਦੇ ਨੂੰ ਵੀ ਪਤਾ ਨਹੀਂ ਕਦੋਂ ਕੀ ਹੋ ਜਾਣਾ ਉਹ ਕਹਿੰਦੇ ਕਿ ਜੇ ਮੈਂ ਘਰੇ ਦੱਸਦਾ ਨਾ ਜਿੱਦੜ ਕਹਿੰਦੇ ਔਦਣੀ ਇਹਨਾਂ ਨੇ ਮੈਨੂੰ ਨੌਕਰੀ ਤੋਂ ਹਟਾ ਕੇ ਘਰੇ ਬਿਠਾ ਲੈਣਾ ਤੇ ਜਿਹੜਾ ਕਿ ਮੇਰਾ ਟਾਈਮ ਮੇਰੀ ਨੌਕਰੀ 'ਚ ਜਾਂਦਾ ਜਿਹੜੇ 8-9 ਘੰਟੇ ਮੈਂ ਆਪਣੀ ਬਿਮਾਰੀ ਨੂੰ ਭੁੱਲੇ ਜਾਂਦੀ ਹਾਂ ਕਹਿੰਦੇ ਉਹ ਸਾਰੇ 8-9 ਘੰਟੇ ਮੈਂ ਆਪਣੀ ਬਿਮਾਰੀ ਨੂੰ ਵੱਡਾ ਕਰਨ ਤੇ ਫੋਕਸ ਕਰ ਲਵਾਂਗੀ ਹੈਨਾ ਕਈ ਰਿਸ਼ਤੇਦਾਰ ਤਾਂ ਆ ਕੇ ਮਰੀਜ਼ ਦੇ ਸਾਹਮਣੇ ਖਰਚਾ ਗਿਣਾਉਣ ਲੱਗ ਜਾਂਦੇ ਆ ਕਿ ਅੱਛਾ ਜੀ ਤੁਹਾਡਾ ਤਾਂ ਹਸਪਤਾਲ 'ਚ ਲੱਖ ਰੁਪਏ ਲੱਗ ਗਿਆ ਹੋਣਾ ਹੈਨਾ 50000 ਲੱਗ ਗਿਆ ਹੋਣਾ ਵੀ ਸੋਸ਼ਲ ਵੇਖਰੀ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਸਵਾਗਤ ਕਰਦੀ ਆਂ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪ੍ਰੋਗਰਾਮ ਗਲਤ ਗਲ ਦੇ ਨਵੇਂ ਐਪੀਸੋਡ 'ਚ ਇੱਕ ਵਾਰ ਫਿਰ ਤੋਂ ਤੁਹਾਨੂੰ ਜੀ ਆਇਆਂ ਕਹਿੰਦੇ ਆਂ ਅੱਜ ਦਾ ਜਿਹੜਾ ਖਾਸ ਐਪੀਸੋਡ ਹੋਏਗਾ ਤਾਂ ਇਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਕਈ ਵਾਰ ਜਦੋਂ ਸੇ ਬਿਮਾਰ ਬੰਦੇ ਦਾ ਪਤਾ ਲੈਣ ਜਾਂਦੇ ਆਂ ਜਾਂ ਜਦੋਂ ਕਈ ਵਾਰ ਸਾਨੂੰ ਕਿਸੇ ਦੀ ਬਿਮਾਰੀ ਬਾਰੇ ਪਤਾ ਚੱਲਦਾ ਤਾਂ ਸਾਨੂੰ ਉਸ ਇਨਸਾਨ ਦੇ ਨਾਲ ਕਿਹੋ ਜਿਹੀ ਗੱਲਬਾਤ ਕਰਨੀ ਚਾਹੀਦੀ ਆ ਕਈ ਵਾਰ ਇਹ ਹੁੰਦਾ ਹੈ ਕਿ ਬੰਦਾ ਪਹਿਲੀ ਆਪਣੀ ਬਿਮਾਰੀ ਦੀ ਖਬਰ ਕਰਕੇ ਜਾਂ ਬਿਮਾਰ ਹੋਣ ਕਰਕੇ ਲੰਮਾ ਚਿਰ ਬਿਮਾਰ ਰਹਿਣ ਕਰਕੇ ਪਹਿਲਾਂ ਹੀ ਬਹੁਤ ਸਟ੍ਰੈਸ 'ਚ ਹੁੰਦਾ ਤੇ ਅਸੀਂ ਉੱਤੋਂ ਦੀ ਗੱਲਾਂ ਵੀ ਉਹ ਜਿਹੇ ਕਰਦੇ ਆਉਂਦੇ ਕੋਲੇ ਜਾ ਕੇ ਵੀ ਆਪਣੀਆਂ ਆਪਣੀ ਬਿਮਾਰੀ ਨੂੰ ਭੁੱਲ ਕੇ ਉਹ ਆਪਣੀਆਂ ਗੱਲਾਂ ਨੂੰ ਹੀ ਸੁਣ ਕੇ ਡਿਪਰੈਸ਼ਨ 'ਚ ਆ ਜਾਂਦਾ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਭੈਣ ਰੁਪਿੰਦਰ ਸੰਧੂ ਹੋਣਗੇ ਉਹਨਾਂ ਨੂੰ ਜੀ ਐ ਕਹਨੇ ਆ ਸੱਚੀ ਕਲਪਣੀ ਸਤਿ ਸ਼੍ਰੀ ਅਕਾਲ ਗੁਰਦੀਪ ਕੀ ਹਾਲ ਹੈ ਬਹੁਤ ਵਧੀਆ ਤੁਸੀਂ ਕਿਦਾਂ ਵਧੀਆ ਅੱਜ ਤਾਂ ਅਸੀਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਸਾਰੇ ਮੈਸੇਜ ਆਉਂਦੇ ਸੀਗੇ ਪਰ ਉਹ ਹੈ ਕਿ ਆਪਾਂ ਮਤਲਬ ਰਿਪਲਾਈ ਨਹੀਂ ਕਰਦੇ ਹਨਾ ਜਾ ਕੇ ਵੈਸੇ ਅਸੀਂ ਪਹਿਲੇ ਪ੍ਰੋਗਰਾਮ 'ਚ ਦੱਸਿਆ ਸੀਗਾ ਸਾਰਿਆਂ ਨੂੰ ਤੇ ਉਹ ਜਿਵੇਂ ਕਈਆਂ ਨੇ ਸ਼ਾਇਦ ਉਹ ਪ੍ਰੋਗਰਾਮ ਨਹੀਂ ਦੇਖਿਆ ਹੋਣਾ ਹਾਂਜੀ ਹਾਂਜੀ ਤੇ ਜੀ ਆਇਆਂ ਨੂੰ ਤੁਹਾਨੂੰ ਥੈਂਕ ਯੂ ਭੈਣੇ ਤੇ ਮੈਂ ਵੀ ਬਹੁਤ ਮਿਸ ਕੀਤਾ ਤੇ ਜਿਵੇਂ ਆਪਣਾ ਕੰਮ ਫਿਰ ਆਪਣਾ ਤੇ ਬਿਲਕੁਲ ਸਹੀ ਗੱਲ ਹੈ ਤੇ ਆਪਣਾ ਅਕਸਰ ਸਾਡੇ ਇੱਕ ਰਿਸ਼ਤੇਦਾਰੀ ਜੋ ਅੰਕਲ ਨੇ ਬੜੇ ਦਲੇਰ ਨੇ ਉਹ ਆਰਮੀ 'ਚ ਰਹੇ ਹੋਏ ਨੇ ਤਾਂ ਇੱਕ ਵਾਰ ਇਹਨਾਂ ਨੂੰ ਉਹਨਾਂ ਨੂੰ ਹਾਰਟ ਦੀ ਦਿੱਕਤ ਹੋ ਗਈ ਤਾਂ ਉਹਨਾਂ ਨੇ ਕੀ ਕੀਤਾ ਵੀ ਡਾਕਟਰ ਕੋਲੇ ਗਏ ਉਹ ਕਹਿੰਦੇ ਵੀ ਤੁਹਾਨੂੰ ਇਮੀਡੀਏਟ ਸਰਜਰੀ ਦੀ ਲੋੜ ਆ ਤੇ ਨਾ ਉਹਨਾਂ ਨੇ ਆਪਣੇ ਬੱਚਿਆਂ ਨੂੰ ਦੱਸਿਆ ਬੱਚੇ ਉਹਨਾਂ ਦੇ ਬਾਹਰ ਰਹਿੰਦੇ ਨੇ ਤੇ ਨਾ ਹੀ ਉਹਨਾਂ ਨੇ ਆਂਟੀ ਨੂੰ ਦੱਸਿਆ ਤਾਂ ਉਹਨਾਂ ਨੇ ਆਪਣੇ ਵੱਡੇ ਭਰਾ ਨੂੰ ਫੋਨ ਕੀਤਾ ਉਹਨੂੰ ਨਾਲ ਲਿਆ ਤੇ ਉਹ ਜਾ ਕੇ ਆਪਣੀ ਸਰਜਰੀ ਕਰਾਇਆ ਤੇ ਸਰਜਰੀ ਕਰਾ ਕੇ ਘਰੇ ਆਏ ਹਨਾ ਘਰੇ ਆ ਕੇ ਜਦੋਂ ਆਂਟੀ ਨੂੰ ਦੱਸਿਆ ਉਹਨਾਂ ਨੇ ਤਾਂ ਉਹ ਮਤਲਬ ਇੱਕਦਮ ਉਹਨਾਂ ਤੇ ਹੌਲਜਾ ਪੈ ਗਿਆ ਬੀ ਕੀ ਹੋ ਗਿਆ ਇਕਦਮ ਤੁਸੀਂ ਇਦਾਂ ਦੱਸਿਆ ਨਹੀਂ ਸਰਜਰੀ ਕਰਾ ਕੇ ਘਰੇ ਆ ਗਏ ਤੇ ਉਸ ਤੋਂ ਬਾਅਦ ਚਲੋ ਥੋੜੇ ਦਿਨਾਂ ਲਈ ਡਾਕਟਰ ਨੇ ਪਰਹੇਜ਼ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਬਿਲਕੁਲ ਠੀਕ ਹੋ ਤੁਸੀਂ ਤੁਰ ਫਿਰ ਸਕਦੇ ਹੋ ਤੁਸੀਂ ਖਾਣਾ ਪੀਣਾ ਖਾ ਸਕਦੇ ਹੋ ਨਾ ਤਾਂ ਆਂਟੀ ਨੇ ਤਾਂ ਜਮਾ ਉਹਨਾਂ ਨੂੰ ਮਤਲਬ ਖਾਣੇ ਤੇ ਵੀ ਪਲੇਨ ਵਾਲੇ ਤੇ ਹੀ ਕਰਤਾ ਤੇ ਦੂਸਰਾ ਨਾ ਉਹਨਾਂ ਨੂੰ ਉੱਠਣ ਬੈਠਣ ਦੇਣ ਤੇ ਜਿਵੇਂ ਜਿਵੇਂ ਪਿੰਡ 'ਚ ਪਤਾ ਲੱਗਦਾ ਗਿਆ ਕਿ ਫਲਾਣੇ ਦੀ ਸਰਜਰੀ ਹੋਈ ਹੈ ਤੇ ਲੋਕੀ ਖਬਰ ਲੈਣ ਆਉਣ ਲੱਗੇ ਹਨਾ ਤਾਂ ਉਹ ਅੰਕਲ ਨਾ ਬੜੇ ਐਕਟਿਵ ਨੇ ਜਿਵੇਂ ਉਹ ਜਿੱਦਾਂ ਇੱਕ ਥਾਂ ਬਹਿ ਨਹੀਂ ਸਕਦੇ ਉਹ ਵੀ ਉਹਨਾਂ ਨੇ ਕੁਛ ਨਾ ਕੁਛ ਆਪਦਾ ਕੰਮ ਕਰਦੇ ਫਰੀ ਜਾਣਾ। ਤੇ ਲੋਕ ਕਹਿਣ ਹਾਏ ਹਾਏ ਤੂੰ ਤਾਂ ਕਦੇ ਮੰਜੇ ਤੇ ਬੈਠਿਆ ਹੀ ਨਹੀਂ ਸੀ ਤੂੰ ਤਾਂ ਮੰਜੇ ਨਾਲ ਹੀ ਲੱਗ ਗਿਆ। ਮੈਂ ਦੱਸ ਤੇਰਾ ਤਾਂ ਔਖਾ ਹੋ ਗਿਆ ਲੋੜਾ ਕਿੱਡੀ ਬਿਮਾਰੀ। ਤੋਂ ਕਹਿੰਦੇ ਮੈਂ ਬਿਲਕੁਲ ਸਹੀ ਸੀ ਜਦੋਂ ਮੇਰੇ ਕੋਲੇ ਆ ਕੇ ਲੋਕੀ ਅਫਸੋਸ ਕਰਨ ਲੱਗੇ ਵੀ ਜਾਂ ਤੁਹਾਡੇ ਆਂਟੀ ਮੈਨੂੰ ਉੱਠਣ ਨਹੀਂ ਸੀ ਦਿੰਦੇ ਉਹ ਹੌਲੀ ਹੌਲੀ ਡਿਪਰੈਸ਼ਨ 'ਚ ਚਲੇ ਗਏ ਹੈਨਾ। ਫਿਰ ਉਹਨਾਂ ਦੇ ਬੱਚਿਆਂ ਨੇ ਕੋਸ਼ਿਸ਼ ਕੀਤੀ ਕਿ ਕਿਵੇਂ ਨਾ ਕਿਵੇਂ ਉਹਨਾਂ ਨੂੰ ਉੱਥੋਂ ਕੱਢੀਏ ਤੇ ਫਿਰ ਉਹ ਉਹਨਾਂ ਕੋਲੇ ਗਏ ਫਿਰ ਉੱਥੇ ਜਾ ਕੇ ਉਹ ਸਹੀ ਹੋਏ ਫਿਰ ਅੰਕਲ ਨੇ ਸਾਨੂੰ ਦੱਸਿਆ ਕਹਿੰਦੇ ਮੈਨੂੰ ਕੁਝ ਵੀ ਨਹੀਂ ਸੀ ਹੋਇਆ ਹੋਇਆ ਕਹਿੰਦੇ ਤੇਰੀ ਆਂਟੀ ਉਹਨਾਂ ਨੇ ਮੈਨੂੰ ਮਾਰ ਦੇਣਾ ਸੀਗਾ ਹਾਂ ਹਨਾ ਆਪਾਂ ਬਿਮਾਰ ਬੰਦੇ ਕੋਲੇ ਜਾ ਕੇ ਗੱਲਾਂ ਹੀ ਇਹੋ ਜੀਆਂ ਕਰਦੇ ਆਂ ਆਪਾਂ ਨੂੰ ਇਹ ਨਹੀਂ ਕਹਿੰਦੇ ਵੀ ਕੋਈ ਗੱਲ ਨਹੀਂ ਸਹੀ ਹੋ ਗਿਆ ਵੀ ਠੀਕ ਹੈ ਜਿਹੜੀ ਦਿੱਕਤ ਸੀ ਮੁਸੀਬਤ ਸੀ ਤੇਰੀ ਸਰਜਰੀ ਹੋ ਗਈ ਤੇ ਹੁਣ ਤੂੰ ਬਿਲਕੁਲ ਸਹੀ ਆ ਹਨਾ ਪਰ ਅਸੀਂ ਕੀ ਕਰਦੇ ਆ ਅਸੀਂ ਬਿਮਾਰ ਬੰਦੇ ਕੋਲੇ ਨਾ ਹੋਰ ਜਿਆਦਾ ਗੰਭੀਰ ਗੱਲਾਂ ਕਰਕੇ ਹੋਰ ਜਿਆਦਾ ਸੀਰੀਅਸ ਗੱਲਾਂ ਕਰਕੇ ਉਹਨੂੰ ਡਿਪਰੈਸ਼ਨ ਚ ਪਾ ਦਿੰਨੇ ਆ ਸਹੀ ਗੱਲ ਆ ਦੇਖੋ ਇਹ ਤਾਂ ਬਾਅਦ ਦੀ ਗੱਲ ਆ ਲੋਕ ਤਾਂ ਪਹਿਲਾਂ ਹੀ ਕਰਨ ਲਾ ਜਾਂਦੇ ਜੇ ਤੁਸੀਂ ਕਿਸੇ ਨੂੰ ਦੱਸ ਦੋਗੇ ਨਾ ਕਿ ਮੈਨੂੰ ਆਹ ਸਮੱਸਿਆ ਤੇ ਮੈਂ ਇਹਦਾ ਆਪਰੇਸ਼ਨ ਕਰਵਾਉਣਾ ਜਾਂ ਮੈਂ ਇਹਦਾ ਇਲਾਜ ਕਰਵਾ ਰਿਹਾ ਆ ਤਾਂ ਪਤਾ ਨਹੀਂ ਕਿਉਂ ਆਪਣਾ ਸੁਹਾਈ ਇਦਾਂ ਦਾ ਪਾ ਚੁਣ-ਚੁਣ ਕੇ ਉਹਨੂੰ ਉਹ ਸਾਰੀਆਂ ਚੀਜ਼ਾਂ ਦੱਸਾਂਗੇ ਜਿਹੜੀਆਂ ਕਿ ਉਹਨੂੰ ਇਹ ਸਮਝਾ ਦੇਣ ਕਿ ਜਿਹੜੀ ਸਮੱਸਿਆ ਤੈਨੂੰ ਹੈ ਬਹੁਤ ਵੱਡੀ ਆ ਤੇ ਤੈਨੂੰ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਆ ਨਾ ਇੱਕ ਵਾਰੀ ਤੁਹਾਨੂੰ ਯਾਦ ਆ ਸ਼ਾਇਦ ਤੁਹਾਨੂੰ ਯਾਦ ਹੀ ਹੋਣਾ ਕਿ ਅਮਰਵੀਰ ਸਰ ਨੇ ਕਿਹਾ ਸੀ ਕਿ ਉਹਨਾਂ ਨੂੰ ਕੋਈ ਪੇਟ ਚ ਸਮੱਸਿਆ ਹੋਈ ਤੇ ਉਹਨਾਂ ਨੇ ਜਾ ਕੇ ਆਪਰੇਸ਼ਨ ਕਰਵਾ ਲਿਆ ਹਨਾ ਤੇ ਕਹਿੰਦੇ ਵੀ ਮੇਰੇ ਕੋਲ ਕਿੰਨੇ ਜਾਣੇ ਅਫਸੋਸ ਵਾਂਗੂ ਆਏ ਕਿ ਤੁਸੀਂ ਅੱਛਾ ਆਪਰੇਸ਼ਨ ਕਰਵਾ ਲਿਆ ਵੀ ਮੈਂ ਹਰ ਇੱਕ ਬੰਦੇ ਨੂੰ ਕਿਹਾ ਕਿ ਮੈਨੂੰ ਸਮੱਸਿਆ ਜੇ ਅਪਰੇਸ਼ਨ ਹੋ ਗਈ ਸਮੱਸਿਆ ਖਤਮ ਹੋ ਗਈ ਹੈ ਨਾ ਤੇ ਮਤਲਬ ਪਰ ਲੋਕ ਉਸ ਚੀਜ਼ ਨੂੰ ਨਾਲ ਨਾਲ ਹੀ ਰੱਖ ਦਿਆ ਤੁਹਾਡੇ ਜਿਵੇਂ ਮੈਨੂੰ ਇੱਕ ਵਾਰੀ ਜਿਹੜੇ ਭੈਣ ਸੀਗੇ ਹੈ ਨਾ ਮਨਜੀਤ ਜਿਨ੍ਹਾਂ ਨੂੰ ਕੈਂਸਰ ਸੀਗਾ ਉਹ ਕਹਿੰਦੇ ਵੀ ਮੈਂ ਮੈਂ ਜਦੋਂ ਬਿਮਾਰ ਸੀ ਤਾਂ ਮਤਲਬ ਜਦੋਂ ਮੈਂ ਕੱਲੀ ਪਈ ਹੁੰਦੀ ਸੀਗੀ ਜਿਵੇਂ ਉਹਨਾਂ ਨੂੰ ਕੈਂਸਰ ਸੀ ਕਹਿੰਦੇ ਮੈਨੂੰ ਬੜਾ ਆਪਣੇ ਆਪ ਨੂੰ ਪੋਜ਼ਿਟਿਵ ਮਹਿਸੂਸ ਹੋਣਾ ਵੀ ਮੈਂ ਮਤਲਬ ਸਹੀ ਹੋਣਾ ਆਪਣੇ ਬੱਚਿਆਂ ਲਈ ਤੰਦਰੁਸਤ ਹੋਣਾ ਤੇ ਮੈਨੂੰ ਲੱਗਦਾ ਨਹੀਂ ਸੀ ਵੀ ਮੈਨੂੰ ਕੈਂਸਰ ਆ ਕਹਿੰਦੇ ਜਦੋਂ ਕਿਸੇ ਨੇ ਪਤਾ ਲੈਣਾ ਹਣਾ ਮੈਨੂੰ ਐ ਲੱਗਣਾ ਵੀ ਜਿਵੇਂ ਮੇਰੀ ਮਕਾਨ ਆਈ ਬੰਦਾ ਹੋਣੇ ਮਰਿਆ ਸਹੀ ਗੱਲ ਹੈ ਤੇ ਕਹਿੰਦੇ ਮਤਲਬ ਜੀਨੇ ਵੀ ਪਤਾ ਲੈਣਾ ਹਣਾ ਖਾਸ ਕਰਕੇ ਨਾ ਬੀਬੀਆਂ ਤੇ ਉਹ ਕੋਈ ਚੜਦੀ ਕਲਾ ਵਾਲੀ ਗੱਲ ਨਹੀਂ ਸੀ ਕਰਦੀ ਉਹ ਕਹਿੰਦੇ ਅਸੀਂ ਅੱਛਾ ਅੱਛਾ ਤੈਨੂੰ ਤਾਂ ਐਡੀ ਬਿਮਾਰੀ ਹੋਗੀ ਭੈਣੇ ਕੈਂਸਰ ਦਾ ਤਾਂ ਨਾ ਹੀ ਮਰਨਾ ਨਾ ਵੀ ਤੂੰ ਤਾਂ ਕਹਿੰਦੇ ਮੈਨੂੰ ਐ ਮਹਿਸੂਸ ਹੋਣ ਲੱਗ ਜਾਂਦਾ ਸੀ ਵੀ ਮੈਂ ਤਾਂ ਅੱਜ ਮਰੀ ਮੈਂ ਤਾਂ ਕੱਲ ਮਰੀ ਹੈ ਨਾ ਤੇ ਮੈਨੂੰ ਲੱਗਦਾ ਕਿ ਬਿਮਾਰ ਬੰਦੇ ਨੂੰ ਜਦੋਂ ਤੁਸੀਂ ਪਤਾ ਲੈਣ ਜਾਂਦੇ ਹੋ ਉਹਦਾ ਸਰੀਰ ਜ਼ਰੂਰ ਢਡਾਲ ਹੁੰਦਾ ਨਾ ਪਰ ਆਪਾਂ ਜਾ ਕੇ ਉਹਦੀ ਮਾਨਸਿਕਤਾ ਨੂੰ ਵੀ ਦੇਖ ਦਿੰਨੇ ਆ ਤੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨੂੰ ਇੰਨੀ ਜ਼ਿਆਦਾ ਮਤਲਬ ਜ਼ਰੂਰਤ ਤੁਹਾਡੀ ਗੱਲਬਾਤ ਵਧੀਆ ਦੀ ਹੈ ਕਿ ਉਹ ਬੰਦੇ ਨੂੰ ਲੱਗੇ ਵੀ ਨਹੀਂ ਕੁਝ ਨਹੀਂ ਹੋਇਆ ਜਿਵੇਂ ਉਹਨੇ ਬੜੀ ਸੋਹਣੀ ਗੱਲਬਾਤ ਕਹੀ ਸੀ ਉਹ ਕਹਿੰਦੇ ਸੀਗੇ ਕਿ ਬਿਮਾਰੀ ਤੁਹਾਡੇ ਸਰੀਰ ਨੂੰ ਹੋਣੀ ਚਾਹੀਦੀ ਹੈ ਤੁਹਾਡੇ ਦਿਮਾਗ 'ਚ ਨਹੀਂ ਜਾਣੀ ਚਾਹੀਦੀ ਹੈ ਨਾ ਤੇ ਆਪਾਂ ਮੈਨੂੰ ਲੱਗਦਾ ਜਦੋਂ ਪਤਾ ਲੈਣ ਜਾਂਦੇ ਆ ਆਪਾਂ ਉਸ ਬਿਮਾਰੀ ਨੂੰ ਬੰਦੇ ਦੇ ਜਾਣੇ ਅਣਜਾਣੇ ਮਤਲਬ ਉਹ ਚਾਹੇ ਆਪਾਂ ਨੂੰ ਫਿਕਰ ਹੀ ਹੁੰਦੀ ਆ ਉਹਦੀ ਪਰ ਮੈਨੂੰ ਲੱਗਦਾ ਆਪਾਂ ਜਾਣੇ ਨਾ ਜਾਣੇ ਉਸ ਦਿਮਾਗ 'ਚ ਪਹੁੰਚਾ ਦਿੰਦੇ ਆ ਮੈਨੂੰ ਇਹ ਗੱਲ ਯਾਦ ਆਉਂਦੀ ਆ ਵੀ ਕਈ ਵਾਰ ਜੇ ਤੁਸੀਂ ਸਸਰੀ ਵੀ ਕਿਸੇ ਨੂੰ ਕਹਦਾ ਨਾ ਵੀ ਮੇਰਾ ਢਿੱਡ ਦੁਖਦਾ ਨਾ ਬਾਕੀ ਦੇ ਲੱਛਣ ਨਾ ਤੁਹਾਨੂੰ ਮੂਰੇ ਆਲਾ ਦੱਸਦਾ ਜਦੋਂ ਤੇਰਾ ਢਿੱਡ ਦੋਖਦਾ ਫਿਰ ਤੈਨੂੰ ਐ ਵੀ ਹੁੰਦਾ ਹਾਂ ਐ ਵੀ ਹੁੰਦਾ ਕਦੇ-ਕਦੇ ਅੱਛਾ ਅੱਛਾ ਉਹਨਾ ਫਿਰ ਸ਼ੁਰੂਆਤ ਤੁਸੀਂ ਇਦਾਂ ਹੀ ਹੁੰਦੀ ਆ ਕਿ ਸਹੀ ਗੱਲ ਹੈ ਫਲਾਣੇ ਦਾ ਵੀ ਨਾ ਪਹਿਲਾਂ ਢਿੱਡੇ ਦੁਖਿਆ ਸੀ ਫਿਰ ਢਿੱਡੇ ਤੋਂ ਬਾਅਦ ਦਰਦ ਉਹਦਾ ਐ ਬੱਖੀ ਚ ਚੱਲਿਆ ਗਿਆ ਹਨਾ ਤੇ ਫਿਰ ਜਦੋਂ ਡਾਕਟਰਾਂ ਨੂੰ ਦਿਖਾਇਆ ਉਹਨੂੰ ਤਾਂ ਨਿਕਲਿਆ ਹਨਾ ਸੋ ਉੱਥੇ ਤੁਸੀਂ ਆਪ ਹੀ ਸਿੰਪਟਮ ਦੱਸ ਦੱਸ ਕਿ ਅਗਲੇ ਦੇ ਜਿੰਮੇ ਕਈ ਵਾਰੀ ਉਹ ਕਹਿੰਦੇ ਹੁੰਦੇ ਨੇ ਵੀ ਭਾਵੇਂ ਹੋਈ ਤੁਹਾਨੂੰ ਗਾਇ ਸੀ ਹੋਵੇ ਤਾਂ ਤੁਹਾਨੂੰ ਲੁਕੀ ਜਾਂ ਤੁਹਾਨੂੰ ਕਈ ਵਾਰ ਤੁਹਾਡੀ ਆਪਦੀ ਮਾਨਸਿਕਤਾ ਹੀ ਲੱਗਣ ਲੱਗ ਜਾਂਦੀ ਹੈ ਵੀ ਮੈਨੂੰ ਪਤਾ ਨਹੀਂ ਕੀ ਹੋ ਗਿਆ ਹਨਾ ਤੇ ਦੂਸਰੇ ਇਹ ਨਾ ਕਹਿੰਦੇ ਵੀ ਬਿਮਾਰੀ ਦੇ ਵਿੱਚ ਤੁਹਾਨੂੰ ਬਿਮਾਰੀ ਉਹਨਾਂ ਨਹੀਂ ਮਾਰਦੀ ਜਿੰਨੀ ਤੁਹਾਨੂੰ ਇਮੋਸ਼ਨਲ ਸਿੰਪਥੀ ਮਾਰ ਜਾਂਦੀ ਹੈ ਨਾ ਮੇਰੀ ਇੱਕ ਦੋਸਤ ਆ ਤੇ ਉਹਨਾਂ ਨੂੰ ਕੈਂਸਰ ਸੀਗਾ ਤੇ ਤੁਹਾਨੂੰ ਪਤਾ ਉਹਨਾਂ ਨੇ ਆਪਣੇ ਘਰੇ ਵੀ ਨਹੀਂ ਸੀ ਦੱਸਿਆ ਹੋਇਆ ਉਹ ਜੌਬ ਕਰਦੇ ਸੀਗੇ ਤੇ ਨਾ ਹੀ ਉਹਨਾਂ ਨੂੰ ਇਹ ਹੋਇਆ ਕਿ ਉਹ ਛੁੱਟੀ ਲੈ ਕੇ ਹਾਂ ਘਰੇ ਚਲੇ ਗਏ ਜ ਜ ਉਹਨਾਂ ਨੇ ਦੱਸਤਾ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਕਿ ਤੁਸੀਂ ਤਾਂ ਘਰੇ ਕਿਉਂ ਨਹੀਂ ਦੱਸ ਰਹੇ ਹੈਗੇ ਤੁਸੀਂ ਹਨਾ ਉਹ ਕਹਿੰਦੇ ਕਿ ਜੇ ਮੈਂ ਘਰੇ ਦੱਸਦਾ ਨਾ ਜਿੱਦੜ ਕਹਿੰਦੇ ਉਦਣ ਹੀ ਇਹਨਾਂ ਨੇ ਮੈਨੂੰ ਨੌਕਰੀ ਤੋਂ ਹਟਾ ਕੇ ਘਰੇ ਬਿਠਾ ਲੈਣਾ ਤੇ ਜਿਹੜਾ ਕਿ ਮੇਰਾ ਟਾਈਮ ਮੇਰੀ ਨੌਕਰੀ 'ਚ ਜਾਂਦਾ ਜਿਹੜੇ 8-9 ਘੰਟੇ ਮੈਂ ਆਪਣੀ ਬਿਮਾਰੀ ਨੂੰ ਭੁੱਲੇ ਜਾਂਦੀ ਹਾਂ ਕਹਿੰਦੇ ਉਹ ਸਾਰੇ 8-9 ਘੰਟੇ ਮੈਂ ਆਪਣੀ ਬਿਮਾਰੀ ਨੂੰ ਵੱਡਾ ਕਰਨ ਤੇ ਫੋਕਸ ਕਰ ਲੂੰਗੀ ਹੈਨਾ ਸੋ ਕਹਿੰਦੇ ਵੀ ਜਿਹੜੀ ਮੈਨੂੰ ਨਾ ਇਮੋਸ਼ਨਲ ਕਹਿੰਦੇ ਮੈਂ ਕਿਸੇ ਨੂੰ ਦੱਸਦੀ ਵੀ ਨਹੀਂ ਹੁੰਦੀ ਹੈਗੀ ਕਿਉਂ ਕਿਉਂਕਿ ਕਹਿੰਦੇ ਮੈਨੂੰ ਇਮੋਸ਼ਨਲ ਸਿੰਪਥੀ ਨਹੀਂ ਚਾਹੀਦੀ ਹੁੰਦੀ ਜਿਹੜੀ ਇਮੋਸ਼ਨਲ ਸਿੰਪਥੀ ਆ ਕਹਿੰਦੇ ਉਹ ਤੁਹਾਨੂੰ ਕਮਜ਼ੋਰ ਕਰ ਦਿੰਦੀ ਆ ਕਮਜ਼ੋਰ ਕਰਦੀ ਬਿਲਕੁਲ ਹੈਨਾ ਜਦੋਂ ਤੁਸੀਂ ਮਾਨਸਿਕ ਤੌਰ ਤੇ ਤੁਹਾਨੂੰ ਭਾਵੁਕ ਹੁੰਦੇ ਰਹਿੰਦੇ ਹੋ ਤਾਂ ਤੁਸੀਂ ਆਬਵੀਅਸਲੀ ਕਮਜ਼ੋਰ ਹੋ ਜਾਂਦੇ ਹੋ ਨਾ ਸੋ ਕੋਈ ਵੀ ਬਿਮਾਰੀ ਇਹ ਕਹਿੰਦੇ ਨਹੀਂ ਹੁੰਦੇ ਕਿ ਵਿਲ ਪਾਵਰ ਬਹੁਤ ਵੱਡੀ ਚੀਜ਼ ਹੁੰਦੀ ਆ ਹਨਾ ਰੱਬ ਨਾ ਕਰੇ ਕੋਈ ਵੀ ਕਿਸੇ ਗੰਭੀਰ ਸਮੱਸਿਆ ਜਾਂ ਕਿਸੇ ਬਿਮਾਰੀ ਦੇ ਵਿੱਚ ਜਾਵੇ ਹਨਾ ਸਾਰੇ ਤੰਦਰੁਸਤ ਰਹਿਣ ਪਰ ਇਹ ਪਨੇ ਬਹੁਤ ਵੱਡਾ ਫੈਕਟਰ ਆ ਕਿ ਦਵਾਈ ਨੇ ਤਾਂ ਆਪਣਾ ਕੰਮ ਕਰਨਾ ਹੀ ਕਰਨਾ ਪਰ ਜਿਹੜੀ ਤੁਹਾਡੀ ਇੱਕ ਵਿਲ ਪਾਵਰ ਹੁੰਦੀ ਆ ਜਾਂ ਤੁਹਾਡੀ ਜਿਹੜੀ ਮਾਨਸਿਕ ਅਵਸਥਾ ਹੁੰਦੀ ਆ ਉਹਨੇ ਤੁਹਾਨੂੰ ਠੀਕ ਕਰਨ 'ਚ ਬਹੁਤ ਵੱਡਾ ਰੋਲ ਪਲੇ ਕਰਨਾ ਹੁੰਦਾ ਹਨਾ ਬਿਲਕੁਲ ਸੋ ਜਦੋਂ ਆਪਾਂ ਕਿਸੇ ਦੇ ਕੋਲ ਜਾਣੇ ਵੀ ਆ ਭਾਵੇਂ ਆਪਾਂ ਕਿਸੇ ਦੀ ਬਿਮਾਰੀ ਈਵਨ ਲੋਕੀ ਤਾਂ ਨਾ ਤੁਹਾਨੂੰ ਜਦੋਂ ਤੁਹਾਡੇ ਬੱਚਾ ਹੁੰਦਾ ਜਦੋਂ ਤੁਹਾਡਾ ਤੁਹਾਡੀ ਸਰਜਰੀ ਹੁੰਦੀ ਹੈ ਸੀ ਸੈਕਸ਼ਨ ਦੇ ਨਾਲ ਤੁਹਾਡੇ ਬੱਚਾ ਹੁੰਦਾ ਉਦੋਂ ਵੀ ਲੇਡੀ ਨੂੰ ਇਹ ਲੱਗਣ ਲਾ ਦਿੰਦੇ ਨੇ ਤੂੰ ਤਾਂ ਖਤਮ ਹੋ ਗਈ ਹਾਂ ਤੂੰ ਬਹੁਤ ਬਿਮਾਰ ਆ ਬਿਲਕੁਲ ਤੂੰ ਬਹੁਤ ਬਿਮਾਰ ਆ ਆਏ ਹਾਏ ਵੱਡੇ ਵੱਡੇ ਆਪਰੇਸ਼ਨ ਨਾਲ ਹੋਇਆ ਜਵਾਕ ਹਾਂ ਹੁਣ ਤੂੰ ਆ ਨਹੀਂ ਕਰ ਸਕੇਂਗੀ ਹੁਣ ਤੂੰ ਬਾਹਰ ਨਹੀਂ ਚੁੱਕ ਸਕੇਂਗੀ ਹੁਣ ਤੂੰ ਸੈਰ ਨਹੀਂ ਵਧੀਆ ਕਰ ਸਕੇਂਗੀ ਹਾਲਾਂਕਿ ਤੁਹਾਡੀ ਬੋਡੀ ਨੂੰ ਸੱਚੇ ਉਦੋਂ ਫਰਕ ਪੈਂਦਾ ਜਦੋਂ ਤੁਸੀਂ ਉਹ ਗੱਲਾਂ ਮੰਨ ਲੈਂਦੇ ਹੋ ਹੁਣ ਮੈਂ ਨਹੀਂ ਕਰ ਸਕਦਾ ਤਾਂ ਵਾਕਈ ਤੁਹਾਡੀ ਬਾਡੀ ਉਦਾਂ ਹੀ ਰੈਕਟ ਕਰਦੀ ਹੈ ਉਥੋਂ ਤੋਂ ਨਹੀਂ ਹੁੰਦਾ ਕੁਝ ਵੀ ਪਰ ਜੇ ਉੱਥੇ ਤੁਹਾਨੂੰ ਇਹ ਕਹਿੰਦੇ ਵੀ ਹਾਂ ਫਰਕ ਜ਼ਰੂਰ ਪੈਂਦਾ ਪਹਿਲਾ ਪਹਿਲਾਂ ਪਹਿਲਾਂ ਪ੍ਰਹੇਜ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਤੁਹਾਡਾ ਬੱਚਾ ਆਪਰੇਸ਼ਨ ਦੇ ਨਾਲ ਹੁੰਦਾ ਨਾ ਉਹ ਤੁਸੀਂ ਪ੍ਰਹੇਜ ਆਪਣਾ ਵਧੀਆ ਰੱਖ ਲਿਆ ਡਾਈਟ ਵਧੀਆ ਰੱਖ ਲਈ ਤੁਹਾਨੂੰ ਲਾਈਫ 'ਚ ਕਦੇ ਦਿੱਕਤ ਨਹੀਂ ਆਉਂਦੀ ਤੇ ਹੌਲੀ-ਹੌਲੀ ਤੁਸੀਂ ਇਹ ਵੀ ਚੀਜ਼ਾਂ ਨੂੰ ਕਰਨ ਲੱਗੋ ਕਿ ਆਪਣੀ ਬਾਡੀ ਨੂੰ ਬੈਕ ਟੂ ਨਾਰਮਲ ਲਿਆਉਣਾ ਵੀ ਬਹੁਤ ਜ਼ਰੂਰੀ ਹੁੰਦਾ ਹੁਣ ਜਦੋਂ ਤੁਸੀਂ ਮੰਨ ਹੀ ਲਿਆ ਕਿ ਮੈਂ ਤਾਂ ਭੱਜ ਨਹੀਂ ਸਕਦੀ ਮੈਂ ਤੁਰ ਨਹੀਂ ਸਕਦੀ ਮੈਂ ਕੰਮ ਨਹੀਂ ਕਰ ਸਕਦੀ ਹੈ ਨਾ ਤਾਂ ਉਹ ਫਿਰ ਤੁਸੀਂ ਆਪੇ ਹੀ ਨਹੀਂ ਕਰਦੇ ਕਿਉਂਕਿ ਤੁਸੀਂ ਜੋ ਬੋਡੀ ਨੂੰ ਤੁਸੀਂ ਆਪਣੀ ਨੂੰ ਕਮਾਂਡ ਦੇ ਰਹੇ ਹੋ ਤਾਂ ਉਹ ਤੁਹਾਨੂੰ ਸੁਣ ਰਹੀ ਆ ਸੋ ਬੋਡੀ ਉਹੀ ਰੈਕਟ ਕਰੂਗੀ ਜੋ ਤੁਸੀਂ ਉਹਨੂੰ ਕਹਿ ਰਹੇ ਹੋ ਜਾਂ ਜੋ ਤੁਸੀਂ ਉਸ ਟਾਈਮ ਤੁਹਾਡਾ ਮਾਈਂਡ ਸੋਚ ਰਿਹਾ ਕਿ ਤੁਹਾਡਾ ਮਾਈਂਡ ਹੀ ਬੋਡੀ ਨੂੰ ਕਮਾਂਡ ਦੇ ਰਿਹਾ ਹੈ ਨਾ ਸੋ ਸਾਰੀਆਂ ਚੀਜ਼ਾਂ ਪੋਸੀਬਲ ਹੁੰਦੀਆਂ ਨੇ ਜੇ ਤੁਸੀਂ ਇੱਥੋਂ ਸਹੀ ਹੋ ਹੈ ਨਾ ਸੋ ਜਦੋਂ ਕਿਸੇ ਦੇ ਸਰਜਰੀ ਬੱਚੇ ਮਤਲਬ ਸਰਜਰੀ ਦੇ ਨਾਲ ਬੱਚਾ ਵੀ ਹੁੰਦਾ ਤਾਂ ਉੱਥੇ ਵੀ ਮੈਨੂੰ ਲੱਗਦਾ ਕਿ ਇਹੀ ਕਹਿਣਾ ਚਾਹੀਦਾ ਹੈ ਕਿ ਕੋਈ ਗੱਲ ਨਹੀਂ ਅੱਜਕੱਲ੍ਹ ਮਤਲਬ ਹੋ ਜਾਂਦਾ ਵਾ ਚਲੋ ਸੇਤ ਜਾਂ ਸਰੀਰ ਉਦਾਂ ਦੇ ਨਹੀਂ ਰਹੇ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਡੀ ਬਾਡੀ ਖਤਮ ਹੋ ਗਈ ਜਾਂ ਤੁਸੀਂ ਹੁਣ ਕੋਈ ਕੰਮ ਨਹੀਂ ਕਰ ਸਕਦੇ ਜਾਂ ਤੁਸੀਂ ਪਹਿਲਾਂ ਵਾਂਗੂ ਹੁਣ ਤੁਰ ਫਿਰ ਜਾਂ ਰੈਕਟ ਨਹੀਂ ਕਰ ਸਕਦੇ ਹਨਾ ਸਹੀ ਗੱਲ ਹੈ ਗੁਰਦੀਪ ਇੱਕ ਤੁਹਾਡੇ ਇੰਟਰਵਿਊ ਚ ਇੱਕ ਵਾਰ ਬਲਦੇਵ ਨੇ ਕਿਹਾ ਸੀਗਾ ਹਨਾ ਕਿ ਇੱਕ ਸਫਰ ਦੇ ਦੌਰਾਨ ਉਹਦੇ ਸੈੱਲ ਕੱਟ ਗਏ ਸੀਗੇ ਤੇ ਉਹ ਕਹਿੰਦਾ ਵੀ ਜਦੋਂ ਤੱਕ ਮੈਂ ਟੈਸਟ ਨਹੀਂ ਸੀ ਕਰਾਇਆ ਮੈਨੂੰ ਪਤਾ ਨਹੀਂ ਸੀ ਉਹ ਲਗਾਤਾਰ ਸਾਈਕਲਿੰਗ ਕਰ ਰਿਹਾ ਸੀ ਹਨਾ ਜਦੋਂ ਉਹਨੂੰ ਪਤਾ ਲੱਗਿਆ ਕਿ ਮੇਰੇ ਸੈੱਲ ਕੱਟ ਗਏ ਡਾਕਟਰ ਨੇ ਉਹਨੂੰ ਕਿਹਾ ਦੋ ਦਿਨ ਤੂੰ ਰੈਸਟ ਕਰ ਲਾ ਤੇ ਉੱਥੇ ਮਤਲਬ ਉਹਦੀ ਮਾਨਸਿਕਤਾ ਨੇ ਇਹ ਚੀਜ਼ ਮੰਨ ਲਈ ਕਿ ਹੁਣ ਮੈਨੂੰ ਸੱਚੇ ਆਰਾਮ ਦੀ ਜ਼ਰੂਰਤ ਹੈ ਨਾ ਤੇ ਦੋ ਦਿਨ ਚ ਉਹਨੇ ਤੁਹਾਡੇ ਸਾਹਮਣੇ ਹੀ ਦੱਸਿਆ ਸੀਗਾ ਕਿ ਦੋ ਦਿਨ ਚ ਮੇਰੇ ਕੋਈ ਸੈੱਲ ਵਧੇ ਨਹੀਂ ਸਗੋ ਮੇਰੇ ਸੈੱਲ ਘਟ ਗਏ ਤੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਅਸਲ ਚ ਮਾਨਸਿਕਤਾ ਹੀ ਤੁਹਾਡੇ ਸਰੀਰ ਤੇ ਕੰਮ ਕਰ ਰਹੀ ਹੁੰਦੀ ਹੈ ਤੇ ਅਸੀਂ ਜਦੋਂ ਇੱਕ ਤਾਂ ਅਸੀਂ ਨਾ ਦੋ ਤਿੰਨ ਚੀਜ਼ਾਂ ਨੂੰ ਤਾਂ ਸ਼ੋਰ ਮਤਲਬ ਡੈਥ ਮੰਨਿਆ ਹੋਇਆ ਜਿਹਦੇ ਚ ਕੈਂਸਰ ਹੋ ਗਿਆ ਕਿਸੇ ਨੂੰ ਕੋਈ ਹਾਰਟ ਪ੍ਰੋਬਲਮ ਹੋ ਗਈ ਹੈ ਨਾ ਜਾਂ ਕਿਸੇ ਨੂੰ ਕੋਈ ਦਿਮਾਗ ਨਾਲ ਜੁੜੀ ਹੋਈ ਚੀਜ਼ ਹੋ ਗਈ ਉੱਥੇ ਜਾ ਕੇ ਤਾਂ ਅਸੀਂ ਮਤਲਬ ਜਦੋਂ ਬੰਦੇ ਨੂੰ ਉਸ ਤਰ੍ਹਾਂ ਦੇ ਬੰਦੇ ਨੂੰ ਮਿਲਦੇ ਆ ਅਸੀਂ ਬਹੁਤ ਚੀਜ਼ਾਂ ਹੈ ਜੀਆਂ ਇਕੱਠੀਆਂ ਕਰ ਲੈਣੇ ਆ ਜਿਦੇ ਵਿੱਚ ਅਸੀਂ 5 6 ਪੇਸ਼ੈਂਟ ਉਹਨੂੰ ਗਿਣਾ ਦਾਂਗੇ ਜਿਹੜੇ ਕੈਂਸਰ ਨਾਲ ਮਰੇ ਹੋਣਗੇ ਹਨਾ ਇਦਾਂ ਹੀ 5 6 ਅਸੀਂ ਜਿਨ੍ਹਾਂ ਨੂੰ ਸਟੰਟ ਪਏ ਹੋਣਗੇ ਜਾਂ ਫਿਰ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ 'ਚ ਕੀ ਬਦਲਾ ਆ ਗਿਆ ਵੀ ਵਿਚਾਰੇ ਉਹ ਕੀ ਖਾ ਨਹੀਂ ਸਕੇ ਕੀ ਪਾ ਨਹੀਂ ਸਕੇ ਕੀ ਪੀ ਨਹੀਂ ਸਕੇ ਅਸੀਂ ਜਾ ਕੇ ਉਹਨੂੰ ਉਹ ਦੱਸਣਾ ਸ਼ੁਰੂ ਕਰ ਦਿੰਦੇ ਆ ਤੇ ਦੂਜੀ ਗੱਲ ਹੈ ਨਾ ਮੈਨੂੰ ਇਹ ਵੀ ਲੱਗਦੀ ਹੁੰਦੀ ਆ ਵੀ ਜਦੋਂ ਸਾਨੂੰ ਕਿਸੇ ਦੀ ਬਿਮਾਰੀ ਦਾ ਪਤਾ ਲੱਗਦਾ ਹਰ ਇੱਕ ਨੂੰ ਹਰ ਬੰਦੇ ਦੀ ਫਿਕਰ ਹੁੰਦੀ ਹੈ ਜੇ ਤੁਹਾਨੂੰ ਮੇਰੇ ਬਾਰੇ ਕੁਝ ਪਤਾ ਲੱਗੂਗਾ ਤੁਹਾਡਾ ਜੀ ਕਰੂਗਾ ਕਿ ਤੁਸੀਂ ਮੈਨੂੰ ਆ ਕੇ ਦੇਖੋ ਪਰ ਮੈਨੂੰ ਲੱਗਦਾ ਕਿ ਉਸ ਵਕਤ ਵੀ ਨਾ ਸਾਨੂੰ ਕੱਟੂਕੱਟ 15 20 ਦਿਨ ਕਿਸੇ ਦੇ ਘਰੇ ਨਹੀਂ ਜਾਣਾ ਚਾਹੀਦਾ ਤੁਸੀਂ ਬਹੁਤ ਜ਼ਿਆਦਾ ਫਿਕਰਮੰਦ ਹੋ ਤਾਂ ਤੁਸੀਂ ਫੋਨ ਤੇ ਹਾਲਚਲ ਪੁੱਛ ਲਓ ਕਿਉਂਕਿ ਜਦੋਂ ਇੱਕ ਬੰਦਾ ਬਿਮਾਰ ਹੁੰਦਾ ਨਾ ਇੱਕ ਤਰ੍ਹਾਂ ਨਾਲ ਪੂਰਾ ਘਰ ਹੀ ਬਿਮਾਰ ਹੋਇਆ ਵਰਗਾ ਹੋ ਜਾਂਦਾ ਇੱਕ ਬੰਦੇ ਨੂੰ ਮਤਲਬ ਬਹੁਤ ਘਰ ਚ ਜਿਹੜੇ 2-3 ਮੈਂਬਰ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਵੇਲ ਮਿਲਣਾ ਚਾਹੀਦਾ ਵੀ ਉਹ ਉਸ ਬੰਦੇ ਨੂੰ ਦੇਖ ਸਕੇ ਚੰਗੀ ਤਰ੍ਹਾਂ ਨਾ ਤੇ ਜਦੋਂ ਮਹਿਤਾਬ ਦਾ ਆਪਰੇਸ਼ਨ ਹੋਇਆ ਮੈਂ ਤਾਂ 5 ਸਾਲ ਦਾ ਸੀਗਾ ਤੇ ਅਸੀਂ ਘਰ ਚ ਦੋ ਜਾਣੇ ਸੀਗੇ ਉਹਨੂੰ ਦੇਖਣ ਲਈ ਤੇ ਮੈਨੂੰ ਪਤਾ ਕਿ ਰਾਤ ਨੂੰ ਅਸੀਂ ਉਹਨੂੰ ਸੰਭਾਲਦੇ ਸੀਗੇ ਤੇ ਸਾਡਾ ਪੂਰਾ ਜਿਹੜਾ ਦਿਨ ਆ ਨਾ ਉਹ ਰਿਸ਼ਤੇਦਾਰਾਂ ਨੂੰ ਚਾਹ ਪਾਣੀ ਪਿਲਾਉਣ ਤੇ ਲੰਘ ਜਾਂਦਾ ਸੀਗਾ ਤੇ ਫਿਰ ਤੁਸੀਂ ਮਤਲਬ ਉਹੀ ਗੱਲ ਕਿ ਹਰੇਕ ਬੰਦਾ ਫਿਕਰ ਕਰਕੇ ਤੁਹਾਡੇ ਘਰੇ ਆਉਂਦਾ ਫਿਰ ਤੁਸੀਂ ਬੰਦੇ ਨੂੰ ਇਹ ਵੀ ਨਹੀਂ ਕਹਿ ਸਕਦੇ ਵੀ ਤੁਸੀਂ ਕਿਉਂ ਆਏ ਹੈ ਨਾ ਬੇਸ਼ੱਕ ਤੁਸੀਂ ਫੋਨ ਤੇ ਵੀ ਕਹੀ ਜਾਓ ਵੀ ਉਹ ਠੀਕ ਆ ਤੁਸੀਂ ਨਾ ਆਓ ਅਸੀਂ ਅਜੇ ਬਹੁਤ ਮਤਲਬ ਉਹਦੇ ਵੱਲੋਂ ਹੀ ਬੜੇ ਤੰਗ ਜੇ ਹੋਏ ਪਏ ਆ ਫਿਰ ਵੀ ਹਰ ਬੰਦਾ ਆਉਂਦਾ ਤੇ ਹਰ ਬੰਦਾ ਮਤਲਬ ਅ ਕਈ ਵਾਰੀ ਇਹ ਹੈ ਕਿ ਮਤਲਬ ਸਰੇ ਇੱਕ ਦਾ ਮિજાਜ ਵੱਖਰਾ ਵੱਖਰਾ ਹਰ ਬੰਦਾ ਤੁਹਾਨੂੰ ਚੜਦੀ ਕਲਾ ਵਾਲੀ ਗੱਲ ਨਹੀਂ ਦੱਸ ਕੇ ਜਾਂਦਾ ਉਹ ਫਿਰ ਕਈ ਵਾਰੀ ਜਿਵੇਂ ਬਹੁਤ ਸਾਰੇ ਲੋਕ ਤੁਹਾਨੂੰ ਆਪਦੇ ਬੱਚਿਆਂ ਦੀਆਂ ਚੀਜ਼ਾਂ ਵੀ ਫਲਾਣੇ ਦੀ ਫਿਰ ਹਾਈਟ ਨਹੀਂ ਸੀ ਵਧੀ ਉਹਦਾ ਫਿਰ ਇਦਾਂ ਹੋ ਗਿਆ ਸੀ ਉਹਦਾ ਫਿਰ ਇਦਾਂ ਹੋ ਗਿਆ ਸੀ ਨਾ ਤੇ ਮੈਨੂੰ ਲੱਗਦਾ ਕਿ ਬੱਚੇ ਲਈ ਖਾਸ ਕਰਕੇ ਜਦੋਂ ਘਰਾਂ 'ਚ ਛੋਟੇ ਬੱਚੇ ਬਿਮਾਰ ਹੁੰਦੇ ਨੇ ਉਦੋਂ ਸਾਨੂੰ ਬਿਲਕੁਲ ਹੀ ਨਹੀਂ ਜਾਣਾ ਚਾਹੀਦਾ ਕਿਉਂਕਿ ਬੱਚੇ ਲਈ ਨਾ ਘਰ 'ਚ ਜਿੰਨੇ ਸਿਆਣੇ ਹੁੰਦੇ ਨੇ ਉਹ इमोਸ਼ਨਲੀ ਬਹੁਤ ਡਿਸਟਰਬ ਹੋਏ ਹੁੰਦੇ ਨੇ ਹੈ ਨਾ ਵੀ ਨਿਆਣੇ ਨੂੰ ਇੱਕ ਦਿਨ ਬੁਖਾਰ ਵੀ ਹੋ ਜਾਵੇ ਆਪਾਂ ਕਿੰਨੇ ਅਪਸੈਟ ਹੋ ਜਾਣਾ ਵੀ ਕਦੋਂ ਠੀਕ ਹੋਊਗਾ ਬਿਲਕੁਲ ਤੇ ਉਤੋਂ ਆ ਕੇ ਲੋਕ ਤੁਹਾਨੂੰ ਐਵੇਂ ਦੀਆਂ ਗੱਲਾਂ ਸੁਣਾਉਣ ਲੱਗ ਜਾਂਦੇ ਨੇ ਨਾ ਫਿਰ ਤੁਹਾਨੂੰ ਬਹੁਤ ਸੱਚੀ ਦਿਲੋਂ ਗੁੱਸਾ ਆਉਂਦਾ ਫਿਰ ਤੁਹਾਨੂੰ ਲੱਗਦਾ ਨਹੀਂ ਹੁੰਦਾ ਵੀ ਇਹ ਫਿਕਰ ਕਰਕੇ ਆਏ ਨੇ ਫਿਰ ਤੁਹਾਨੂੰ ਉਹ ਸਭ ਤੋਂ ਵੱਡੇ ਦੁਸ਼ਮਣ ਲੱਗ ਰਹੇ ਹੁੰਦੇ ਨੇ ਬੇਸੂ ਤਾਂ ਪਹਿਲਾਂ ਹੀ ਸਹੀ ਸੀਗੇ ਤੇ ਆ ਕੇ ਹੋਰ ਡਿਪਰੈਸ ਹੋ ਗਏ ਨਾ ਬਿਲਕੁਲ ਕਈ ਵਾਰੀ ਭਾਣੇ ਇਹ ਜ਼ਰੂਰੀ ਨਹੀਂ ਵੀ ਕੋਈ ਤੁਹਾਡਾ ਪਤਾ ਲੈਣ ਆਇਆਈ ਤੁਹਾਨੂੰ ਟੈਨਸ਼ਨ ਜਾਂ ਡਿਪਰੈਸ਼ਨ ਦੇ ਕੇ ਜਾਂਦਾ ਪਰ ਕਈ ਵਾਰੀ ਨਾ ਜਿਹੜਾ ਬਿਮਾਰ ਬੰਦਾ ਖੁਦ ਹੁੰਦਾ ਉਹ ਵੀ ਬੜਾਏ ਅਟੈਨਸ਼ਨ ਸੀਕਰ ਕਈ ਵਾਰੀ ਹੋ ਜਾਂਦਾ ਉਸ ਕੰਡੀਸ਼ਨ ਦੇ ਵਿੱਚ ਨਾ ਉਹਨੂੰ ਵੀ ਬਾਰ-ਬਾਰ ਜੇ ਤੁਸੀਂ ਉਹਦੇ ਨਾਲ ਉਹਦਾ ਧਿਆਨ ਡਿਸਟਰੈਕਟ ਕਰਨ ਦੀ ਵੀ ਕੋਸ਼ਿਸ਼ ਕਰਦੇ ਕੋਈ ਹੋਰ ਗੱਲ ਕਰਕੇ ਨਹੀਂ ਉਹਨੇ ਮੁੜਕੜ ਕੇ ਆਦੀ ਬਿਮਾਰੀ ਤੇ ਹੀ ਆ ਜਾਣਾ ਹੁੰਦਾ ਹੈ ਨਾ ਸੋ ਉੱਥੇ ਵੀ ਸਾਨੂੰ ਨਾ ਜਿਹੜਾ ਬਿਮਾਰ ਬੰਦਾ ਵਾ ਉਹਨੂੰ ਇਹ ਚੀਜ਼ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਕਿ ਜਿਹੜੀ ਚੀਜ਼ ਬਾਰੇ ਤੁਸੀਂ ਜ਼ਿਆਦਾ ਗੱਲ ਕਰੋਗੇ ਨਾ ਉਹੀ ਚੀਜ਼ ਤੁਸੀਂ ਅਟ੍ਰੈਕਟ ਕਰ ਰਹੇ ਹੋ ਜੇ ਤੁਸੀਂ ਇਹ ਗੱਲ ਕਰੋਗੇ ਕਿ ਕੋਈ ਗੱਲ ਨਹੀਂ ਅੱਜ ਮੈਂ ਬਿਮਾਰਾ ਮੈਂ ਕੱਲ ਨੂੰ ਠੀਕ ਹੋ ਜਾਣਾ ਆ ਹਨਾ ਜਾਂ ਚੰਗੀਆਂ ਪੋਜ਼ਿਟਿਵ ਐਗਜ਼ੈਂਪਲਸ ਤੁਸੀਂ ਦੇਖੋਗੇ ਵੀ ਫਲਾਣਾ ਬੰਦਾ ਹੋਇਆ ਸੀ ਉਹ ਵੀ ਠੀਕ ਹੋ ਗਿਆ ਫਲਾਣਾ ਵੀ ਠੀਕ ਹੋ ਗਿਆ ਹਨਾ ਹਰ ਇੱਕ ਚੀਜ਼ 'ਚ ਦੋ ਚੀਜ਼ਾਂ ਹੁੰਦੀਆਂ ਨੇ ਜਾਂ ਤਾਂ ਬੰਦਾ ਠੀਕ ਹੁੰਦਾ ਜਾਂ ਨਹੀਂ ਹੁੰਦਾ ਜੇ ਉੱਥੇ ਤੁਸੀਂ ਆਪਣੇ ਮਾਈਂਡ ਨੂੰ ਇਹ ਕਮਾਂਡ ਕਰੋਗੇ ਕਿ ਮੈਂ ਉਹਨਾਂ ਲੋਕਾਂ ਦੇ ਧਿਆਨ ਦੇਣਾ ਜਿਹੜੇ ਕਿ ਠੀਕ ਹੋਏ ਨੇ ਨਾ ਕਿ ਉਹਨਾਂ ਤੇ ਵੀ ਜਿਹੜੇ ਨਹੀਂ ਠੀਕ ਹੋਏ ਹਨਾ ਤਾਂ ਤੁਹਾਡੀ ਬਾਡੀ ਉਦਾਂ ਹੀ ਰੈਐਕਟ ਕਰਨਾ ਸ਼ੁਰੂ ਕਰ ਦਿੰਦੀ ਹੈ ਸੋ ਬਿਮਾਰੀ ਦੇ ਟਾਈਮ ਤੇ ਨਾ ਜਿਹੜਾ ਖੁਦ ਬਿਮਾਰ ਬੰਦਾ ਵਾ ਉਹਨੂੰ ਵੀ ਆਪਣੇ ਆਪ ਨੂੰ ਬਹੁਤ ਜ਼ਿਆਦਾ ਪੋਜ਼ਿਟਿਵ ਰੱਖਣ ਦੀ ਲੋੜ ਹੁੰਦੀ ਹੈ ਜਿਵੇਂ ਮੈਂ ਉਹ ਭੈਣ ਉਹਨਾਂ ਦੀ ਗੱਲ ਦੱਸੀ ਉਹ ਕਹਿੰਦੀ ਕਿ ਜਿਹੜੀ ਇਮੋਸ਼ਨਲ ਸਿੰਪਥੀ ਆ ਉਹ ਬੰਦੇ ਨੂੰ ਵੀਕ ਕਰ ਦਿੰਦੀ ਆ ਤੇ ਕਈ ਬਿਮਾਰ ਬੰਦੇ ਸੱਚੀ ਉਹ ਇਮੋਸ਼ਨਲ ਸਿੰਪਥੀ ਨੂੰ ਜਾਣ ਬੁੱਝ ਕੇ ਲੈਣਾ ਚਾਹੁੰਦੇ ਨੇ ਹਨਾ ਕਿ ਉਹ ਹੁੰਦੇ ਨੇ ਕਿ ਨਹੀਂ ਮੇਰੇ ਤੇ ਸਾਰੇ ਧਿਆਨ ਦੇਣ ਸਾਰੇ ਮੈਨੂੰ ਵਿਚਾਰਾ ਵਿਚਾਰਾ ਕਹਿਣ ਸਾਰਿਆਂ ਨੂੰ ਇਹ ਲੱਗੇ ਕਿ ਹਾਏ ਇਹ ਤਾਂ ਬਿਮਾਰ ਹਾਏ ਇਹਦੇ ਨਾਲ ਪਤਾ ਨਹੀਂ ਕੀ ਹੋ ਗਿਆ ਹਨਾ ਤਾਂ ਉੱਥੇ ਉਹ ਤੁਹਾਨੂੰ ਕੋਈ ਕੋਈ ਫਾਇਦਾ ਨਹੀਂ ਕਰ ਰਹੀ ਹੈਗੀ ਸਗੋਂ ਤੇ ਉਹ ਤੁਹਾਨੂੰ ਬਿਮਾਰ ਨੂੰ ਹੋਰ ਜ਼ਿਆਦਾ ਬਿਮਾਰ ਕਰ ਰਹੀਆਂ ਨੇ ਚੀਜ਼ਾਂ ਹਨ ਸੋ ਵਿਲ ਪਾਵਰ ਜਿਵੇਂ ਆਪਾਂ ਹਮੇਸ਼ਾ ਗੱਲ ਕਰਦੇ ਹੁੰਦੇ ਆ ਮੈਂ ਨਹੀਂ ਕਹਿੰਦੀ ਕਿ ਆਪਾਂ ਬਹੁਤ ਸਿਆਣੇ ਆ ਜਾਂ ਕੁਝ ਵੀ ਆ ਬਹੁਤ ਥਾਂ ਤੇ ਆਪਾਂ ਵੀ ਡੋਲ ਜਾਂਦੇ ਆ ਈਵਨ ਆਪਣੇ ਨਿਆਣੇ ਦਾ ਕੁਝ ਦੁਖਣ ਲੱਗ ਜਵੇ ਜਾਂ ਆਪਣਾ ਹੀ ਕੁਝ ਦੁਖਣ ਲੱਗ ਜੇ ਆਪਣੇ ਇੱਕ ਸੈਕਿੰਡ 'ਚ ਆਪਣੇ ਮੈਂ ਕਹਿੰਦੀ ਆ 1000 ਥਾਟ ਆਉਂਦਾ ਮਾਈਂਡ 'ਚ ਹਨਾ ਵੀ ਕਿਤੇ ਆਏ ਨਾ ਹੋ ਜਵੇ ਕਿਤੇ ਆਏ ਤਾਂ ਨਹੀਂ ਹੋ ਗਿਉ ਕਿਤੇ ਮੈਨੂੰ ਆਇਤਾ ਨਹੀਂ ਹੋ ਜੂਗਾ ਫਿਰ ਆਏ ਕਿਵੇਂ ਹੋਊਗਾ ਹਨਾ ਪਰ ਫਿਰ ਵੀ ਮੈਂ ਕਹਨੀ ਆ ਕਿ ਸੱਚੀ ਜਦੋਂ ਤੁਸੀਂ ਆਪਣੇ ਥਾਟ ਨੂੰ ਫੁੱਲ ਸਟਾਪ ਲਾ ਕੇ ਥੋੜਾ ਪੋਜ਼ਿਟਿਵ ਸੋਚਣਾ ਸ਼ੁਰੂ ਕਰਦੇ ਹੋ ਤੁਸੀਂ ਬੈਟਰ ਫੀਲ ਕਰਦੇ ਹੋ ਪਹਿਲਾਂ ਨਾਲੋਂ ਹਨਾ ਸੋ ਹਰ ਬਿਮਾਰ ਬੰਦੇ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਜਿਹੜਾ ਕੋਈ ਬੰਦਾ ਮੈਨੂੰ ਕਹਿ ਰਿਹਾ ਕੋਸ਼ ਜੇ ਤਾਂ ਨੈਗੇਟਿਵ ਕਹਿ ਰਿਹਾ ਉਹਨੂੰ ਮੈਂ ਪਾਸੇ ਸਿੱਟਦਾ ਜਿਹੜਾ ਕੋਈ ਪੋਜ਼ਿਟਿਵ ਗੱਲ ਮੈਨੂੰ ਕਹਿ ਰਿਹਾ ਉਹ ਚੀਜ਼ ਮੈਂ ਆਪਣੇ ਅੰਦਰ ਲੈ ਆਵਾ ਤੇ ਉਹਦੇ ਨਾਲ ਮੈਂ ਆਪਣੀ ਵਿਲ ਪਾਵਰ ਨੂੰ ਹੋਰ ਸਟਰੋਂਗ ਕਰਾਂ ਤਾਂ ਕਿ ਮੈਂ ਛੇਤੀ ਤੋਂ ਛੇਤੀ ਇਹ ਜਿਹੜੀ ਬਿਮਾਰ ਵਾਲੀ ਕੰਡੀਸ਼ਨੋਂ ਦੇ ਚੋਂ ਬਾਹਰ ਨਿਕਲ ਆਵਾਂ ਸਹੀ ਗੱਲ ਲੱਗਦੀ ਮੈ ਉਸ ਟਾਈਮ ਨਾ ਚਾਹੇ ਤੁਹਾਡੇ ਪਰਿਵਾਰ ਨੂੰ ਚਾਹੇ ਤੁਹਾਨੂੰ ਬੰਦੇ ਚੂਜ਼ ਕਰਨੇ ਚਾਹੀਦੇ ਕਿ ਮੈਂ ਇੰਨਾ ਲੋਕਾਂ ਨੂੰ ਮਿਲੂ ਜਾਂ ਇਹਨਾਂ ਨੂੰ ਮੈਂ ਨਹੀਂ ਮਿਲੂ ਹਨਾ ਸੱਚੀ ਇਸ ਚੀਜ਼ ਦਾ ਬਹੁਤ ਜ਼ਿਆਦਾ ਅਸਰ ਪੈਂਦਾ ਜਿਵੇਂ ਕਹਿੰਦੇ ਕਿਸੇ ਨੂੰ ਕੈਂਸਰ ਸੀਗਾ ਵੀ ਉਹ ਲਾਸਟ ਸਟੇਜ ਤੇ ਸੀਗੇ ਤੇ ਉਹਨਾਂ ਦੇ ਘਰੇ ਜਿਹੜਾ ਵੀ ਪਤਾ ਲੈਣ ਆਇਆ ਕਰਿਓ ਇਹ ਗਿਆ ਕਰੇ ਵੀ ਤੁਸੀਂ ਫਲਾਣੀ ਤਿਆਰੀ ਕਰ ਲਓ ਇਹਨਾਂ ਤੋਂ ਤੁਸੀਂ ਫਿਰ ਪੁੱਛ ਲੈਣਾ ਸੀ ਵੀ ਕਿਹਨੂੰ ਕਿੰਨੇ ਪੈਸੇ ਦਿੱਤੇ ਹੋਏ ਨੇ ਕਿਹਨੂੰ ਦੇਣੇ ਨੇ ਸਾਬਕ ਤਾ ਉਹ ਕਹਿੰਦੇ ਵੀ ਮੈਨੂੰ ਐ ਲੱਗਣ ਲੱਗਿਆ ਵੀ ਲੋਕ ਨੇ ਮੇਰੇ ਮਰਨ ਤੋਂ ਪਹਿਲਾਂ ਹੀ ਮੇਰੀ ਮੌਤ ਦੀ ਤਿਆਰੀ ਕਰੀ ਬੈਠੇ ਨੇ ਨਾ ਤੇ ਬੰਦੇ ਨੇ ਸ਼ਾਇਦ ਮਤਲਬ ਹੋ ਸਕਦਾ ਕੁਦਰਤ ਕੁਝ ਵੀ ਕਰ ਸਕਦੀ ਹੈ ਬੰਦੇ ਨੇ ਸ਼ਾਇਦ ਖਬਰ ਕਿੰਨੇ ਸਾਲ ਹੋਰ ਜਿਉਣਾ ਹੋਵੇ ਅਤੇ ਆਪਾਂ ਪਹਿਲਾਂ ਹੀ ਉਮੀਦ ਲਾ ਲੈਣੇ ਉਹੀ ਗੱਲ ਵੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦੰਨੇ ਆ ਤੇ ਇਹ ਚੀਜ਼ ਜ਼ਰੂਰੀ ਨਹੀਂ ਹੈਗੀ ਵੀ ਕੋਈ ਵੀ ਬੰਦਾ ਜਿਹੜਾ ਉਹ ਕੈਂਸਰ ਨਾਲ ਮਰੂ ਜਾਂ ਕੋਈ ਬੰਦਾ ਜਿਹੜਾ ਉਹ ਹਾਰਟ ਪ੍ਰੋਬਲਮ ਨਾਲ ਜਿਹਨੂੰ ਅਸੀਂ ਕਹਿੰਦੇ ਆ ਕਿ ਵੱਡੀਆਂ ਬਿਮਾਰੀਆਂ ਨਾਲ ਮਰਨਾ ਤਾਂ ਤੁਸੀਂ ਸੁੱਤੇ ਪਏ ਵੀ ਮਰ ਜਾਓਗੇ ਕੋਈ ਤੰਦਰੁਸਤ ਬੰਦੇ ਨੂੰ ਵੀ ਪਤਾ ਨਹੀਂ ਕਦੋਂ ਕੀ ਹੋ ਜਾਣਾ ਬਿਲਕੁਲ ਤੇ ਜੇ ਮਰਨਾ ਤੁਸੀਂ ਸੜਕ ਤੇ ਜਾਂਦੇ ਵੀ ਮਰ ਜਾਓਗੇ ਇੱਕ ਦਿਨ ਪਰ ਗੱਲ ਇਹ ਆ ਵੀ ਜੇ ਸੱਚੀ ਕਿਸੇ ਨੂੰ ਕੋਈ ਸਮੱਸਿਆ ਆ ਗਈ ਇਸ ਤਰੀਕੇ ਦੀ ਪਹਿਲਾਂ ਤਾਂ ਆਪਾਂ ਨੂੰ ਇਹ ਚੀਜ਼ ਮੈਨੂੰ ਲੱਗਦਾ ਮੰਨਣੀ ਚਾਹੀਦੀ ਹੈ ਕਿ ਜੇ ਮੈਂ ਬਿਮਾਰਾਂ ਤਾਂ ਲੋਕ 네ਗੇਟਿਵ ਗੱਲ ਕਰ ਰਹੇ ਆ ਪੋਜ਼ਿਟਿਵ ਗੱਲ ਕਰ ਰਹੇ ਆ ਉਹਦਾ ਆਪ ਦੇ ਤੇ ਤੁਸੀਂ ਅਸਰ ਨਾ ਕਰੋ ਹਨਾ ਤੁਸੀਂ ਆਪਣੀ ਮਾਨਸਿਕਤਾ ਨੂੰ ਇੰਨਾ ਕਿ ਸਟਰੋਂਗ ਰੱਖੋ ਕਿ ਹਾਂ ਮੈਂ ਮਤਲਬ ਇਹ ਤਾਂ ਚੰਗੀ ਗੱਲ ਕਹਿ ਸਕਦੇ ਆ ਕਿ ਕੁਦਰਤ ਨੇ ਤੁਹਾਨੂੰ ਦੱਸਤਾ ਕਿ ਤੁਹਾਨੂੰ ਤੰਦਰੁਸਤ ਹੋਣ ਦੀ ਲੋੜ ਆ ਜੇ ਮੇਰੇ ਵਰਗਾ ਕੋਈ ਸੁੱਤਾ ਪਿਆ ਹੀ ਰਹੇ ਜੇ ਫਿਰ ਮੈਂ ਕੀ ਕਰ ਸਕਦਾ ਹਾਂ ਉਸ ਚੀਜ਼ 'ਚ ਨਾ ਤੇ ਦੂਜੀ ਗੱਲ ਹੈ ਸੱਚੀ ਕਈ ਰਿਸ਼ਤੇਦਾਰ ਮੈਨੂੰ ਤੁਹਾਡੀ ਇੱਕ ਆ ਗੱਲ ਤੋਂ ਜ਼ਿਆਦਾ ਹੈ ਕਈ ਰਿਸ਼ਤੇਦਾਰ ਤਾਂ ਆ ਕੇ ਮਰੀਜ਼ ਦੇ ਸਾਹਮਣੇ ਖਰਚਾ ਗਿਣਾਉਣ ਲੱਗ ਜਾਂਦੇ ਆ ਕਿ ਅੱਛਾ ਜੀ ਤੁਹਾਡਾ ਤਾਂ ਹਸਪਤਾਲ 'ਚ ਲੱਖ ਰੁਪਏ ਲੱਗ ਗਿਆ ਹੋਣਾ ਨਾ 50000 ਲੱਗ ਗਿਆ ਹੋਣਾ ਤੇ ਉਹ ਵੀ ਬੰਦੇ ਨੂੰ ਮਤਲਬ ਕਿੰਨਾ ਨਢਾਲ ਜਾ ਕਰ ਦਿੰਦਾ ਕਿ ਇੱਕ ਤਾਂ ਮੈਂ ਵੈਸੇ ਮੇਰਾ ਸਰੀਰ 'ਚ ਇਹ ਚੀਜ਼ ਨੂੰ ਚੱਲ ਰਿਹਾ ਉਤੋਂ ਮੇਰੇ ਤੇ ਇੰਨਾ ਖਰਚਾ ਵੀ ਹੋ ਗਿਆ ਤੇ ਇਹਨਾਂ ਚੀਜ਼ਾਂ ਤੋਂ ਨਾ ਸਾਰੀਆਂ ਚੀਜ਼ਾਂ ਤੋਂ ਦੂਰ ਰਹਿ ਕੇ ਮੈਨੂੰ ਲੱਗਦਾ ਆਪਣੀ ਤੰਦਰੁਸਤੀ ਲਈ ਸਾਨੂੰ ਸੋਚਣਾ ਚਾਹੀਦਾ ਕਿ ਮੈਂ ਤੰਦਰੁਸਤ ਹੋਣਾ ਤੇ ਦੁਨੀਆ ਤੇ ਇਹ ਜੀ ਅੱਗੇ ਵੀ ਆਪਾਂ ਇੱਕ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਕੋਈ ਸਮੱਸਿਆ ਨਹੀਂ ਜਿਹਦਾ ਇਲਾਜ ਨਹੀਂ ਹੈਗਾ ਜੇ ਇਲਾਜ ਨਹੀਂ ਵੀ ਹੈਗਾ ਤਾਂ ਵੀ ਉਹਦੇ ਤੇ ਤੁਸੀਂ ਦੋਨਾ ਤੀਣਾ ਝੂਰੀ ਜਾਓਗੇ ਤਾਂ ਵੀ ਮੈਨੂੰ ਲੱਗਦਾ ਉਹ ਫਿਰ ਵੀ ਉਹਦਾ ਕੋਈ ਇਲਾਜ ਜੀ ਕੁਦਰਤ ਨੇ ਨਹੀਂ ਰੱਖਿਆ ਹੋਇਆ ਤਾਂ ਉਹਦਾ ਕਦੀ ਕੋਈ ਇਲਾਜ ਨਹੀਂ ਮੈਨਾਂ ਖਰਚੇ ਵਾਲੀ ਗੱਲ ਤੂੰ ਯਾਦ ਆ ਗਿਆ ਵੀ ਦੋ ਤਰ੍ਹਾਂ ਨਾਲ ਲੋਕੀ ਇਸ ਗੱਲ ਨੂੰ ਕਹਿੰਦੇ ਨੇ ਇੱਕ ਨੇ ਤਾਂ ਕਹਿਣਾ ਹਾਏ ਹਾਏ ਤਾਂ ਸਾਰਾ ਘਰ ਹੀ ਤੇਰੇ ਤੇ ਲੱਗ ਗਿਆ ਹਾਂ ਆਪਣਾ ਤਾਂ ਤਾਂ ਘਰ ਖਾਲੀ ਹੋ ਗਿਆ ਇੱਕ ਜਿਹੜਾ ਪੋਜ਼ਿਟਿਵ ਨੇਚਰ ਦਾ ਬੰਦਾ ਉਹਨੇ ਆ ਕੇ ਕਹਿਣਾ ਵੀ ਕੋਈ ਗੱਲ ਨਹੀਂ ਭਾਈ ਪੈਸਾ ਤਾਂ ਫੇਰ ਆ ਜਾਊਗਾ ਹਾਂ ਵੀ ਬੰਦਾ ਜਨ ਨਾਲੋਂ ਜ਼ਿਆਦਾ ਜ਼ਰੂਰੀ ਤਾਂ ਨਹੀਂ ਹੈਗਾ ਹਾਂ ਸੋ ਇਹ ਦੋਨੋਂ ਚੀਜ਼ਾਂ ਹਰ ਇੱਕ ਬੰਦੇ ਤੇ ਅਲੱਗ ਤਰ੍ਹਾਂ ਦੇ ਨਾਲ ਇਫੈਕਟ ਕਰਦੀਆਂ ਨੇ ਨਾ ਸੋ ਇਹ ਬਹੁਤ ਜ਼ਰੂਰੀ ਆ ਵੀ ਜਦੋਂ ਕਿਸੇ ਬਿਮਾਰ ਬੰਦੇ ਦਾ ਆਪਾਂ ਕੋਈ ਪਤਾ ਲੈਣ ਜਾਂਦੇ ਆ ਕਿਸੇ ਦਾ ਕੋਈ ਆਪਰੇਸ਼ਨ ਹੋਇਆ ਜਾਂ ਵੈਸੇ ਕੋਈ ਬਿਮਾਠ ਮਾਰਾ ਜਾਂ ਕਿਸੇ ਲੰਬੀ ਬਿਮਾਰੀ ਚ ਤਾਂ ਉਦੋਂ ਤੁਹਾਡਾ ਤੁਹਾਡੀ ਅਪਰੋਚ ਸਾਹਮਣੇ ਵਾਲੇ ਬੰਦੇ ਦੇ ਲਈ ਬਹੁਤ ਮਾਇਨੇ ਰੱਖਦੀ ਆ ਤੇ ਹੋ ਸਕਦਾ ਕਿ ਤੁਹਾਡਾ ਇੱਕ ਵਾਰੀ ਦਾ ਜਾਣਾ ਉਹਦੇ ਲਈ ਠੀਕ ਹੋਣ ਦੇ ਲਈ ਕਿੰਨਾ ਵੱਡਾ ਰੋਲ ਪਲੇ ਕਰ ਜਵੇ ਹਨਾ ਕਈ ਵਾਰ ਆਪਾਂ ਕਹਿੰਦੇ ਨੇ ਹੁੰਦੇ ਵੀ ਆ ਫਲਾਣੇ ਬੰਦੇ ਨੂੰ ਮਿਲ ਕੇ ਕਿੰਨਾ ਚੰਗਾ ਲੱਗਿਆ ਹਨਾ ਫਰੈਸ਼ ਜਿਹਾ ਫੀਲ ਹੋਣ ਲੱਗ ਗਿਆ ਕਈ ਵਾਰੀ ਤੁਹਾਡੇ ਕੋਲ ਇੰਨੀਆਂ ਡੈੱਡ ਸੂਲਸ ਆਉਂਦੀਆਂ ਨੇ ਵੀ ਤੁਹਾਨੂੰ ਉਹਨਾਂ ਨੂੰ ਮਿਲ ਕੇ ਲੱਗਦਾ ਵੀ ਯਾਰ ਇਹ ਘਾਤੇ ਮਿਲੇ ਸੀਗੇ ਹਾਂ ਵੀ ਮੈਂ ਤਾਂ ਹੁਣ ਮਰੇ ਆਈਆਂ ਬਸ ਹਨਾ ਵੀ ਯਾਰ ਬੰਦੇ ਨੂੰ ਮਿਲਣ ਤੋਂ ਬਾਅਦ ਕਿੰਨਾ ਨੈਗੇਟਿਵ ਜਿਹਾ ਫੀਲ ਹੋਇਆ ਹਨਾ ਸੋ ਮੈਂ ਕਹਿੰਦੀ ਇਹ ਬਹੁਤ ਜ਼ਰੂਰੀ ਆ ਕਿ ਤੁਸੀਂ ਬਿਮਾਰ ਬੰਦੇ ਨੂੰ ਜਾਂ ਜਿਹਦੀ ਤੁਸੀਂ ਖਬਰ ਲੈਣ ਗਏ ਹੋ ਜਾਂ ਜੇ ਤੁਸੀਂ ਖੁਦ ਬਿਮਾਰ ਹੋ ਤੁਸੀਂ ਕੀ ਸੋਚਦੇ ਹੋ ਤੇ ਤੁਸੀਂ ਕੀ ਬੋਲਦੇ ਹੋ ਬਿਲਕੁਲ ਮੈਨੂੰ ਲੱਗਦਾ ਕਿ ਬਿਮਾਰ ਬੰਦੇ ਦੇ ਘਰੇ ਤਾਂ ਨਾ ਵੈਸੇ ਹੀ ਬਹੁਤ ਖੇਚਲ ਹੋ ਜਾਂਦੀ ਹੈ ਤੇ ਮੈਨੂੰ ਲੱਗਦਾ ਜੇ ਆਪਾਂ ਜਾਣਾ ਵੀ ਚਾਹੁੰਨੇ ਆ ਤਾਂ ਕੋਈ ਇਹੋ ਜਿਹੀ ਖੇਚਲ ਨਾ ਦਾ ਉਹ ਕਿ ਬੰਦਾ ਸਾਡੇ ਘਿਆਂ ਤੇ ਚਾਹ ਪਾਣੀ ਰੋਟੀ ਪਾਣੀ ਦਾ ਪ੍ਰਬੰਧ ਕਰਨ ਲੱਗ ਜਾਏ ਨਾ ਉਹ ਬਿਮਾਰ ਬੰਦੇ ਨੂੰ ਦੇਖਣ ਦੀ ਬਜਾਏ ਤੇ ਦੂਜੀ ਚੀਜ਼ ਹੈ ਜੇ ਹਾਂ ਸੱਚੀ ਤੁਹਾਨੂੰ ਕੋਈ ਦੁੱਖ ਤਕਲੀਫ ਹੁੰਦੀ ਹੈ ਮੈਨੂੰ ਲੱਗਦਾ ਉਸ ਵਕਤ ਅਸੀਂ ਸਿਰਫ ਸਾਡੀ ਇੰਨੀ ਕੁ ਭੂਮਿਕਾ ਹੋਣੀ ਚਾਹੀਦੀ ਹੈ ਕਿ ਜੇ ਅਸੀਂ ਮਤਲਬ ਬੰਦੇ ਨੂੰ ਐਨਾ ਹੀ ਪੁੱਛ ਲਈਏ ਕਿ ਤੇ ਤੈਨੂੰ ਜ਼ਰੂਰਤ ਹੋਈ ਤੂੰ ਸਾਨੂੰ ਯਾਦ ਕਰ ਲੈ ਹੈ ਨਾ ਤੈਨੂੰ ਕੋਈ ਪੈਸੇ ਦੀ ਜਾਂ ਉਸ ਵਕਤ ਤੇ ਮੈਨੂੰ ਲੱਗਦਾ ਉਹ ਸਾਨੂੰ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ ਉਹ ਫਿਕਰ ਸਾਨੂੰ ਹੋਣੀ ਚਾਹੀਦੀ ਹੈ ਜੇ ਅਸੀਂ ਕਰ ਸਕਦੇ ਹਾਂ ਤੇ ਆ ਗੱਲਾਂ ਕਿ ਜਾਓ ਤੁਸੀਂ ਉਹਨੂੰ 100 ਤਰ੍ਹਾਂ ਦੇ ਹੋਰ ਬਿਮਾਰ ਗਿਣਾ ਕੇ ਉਹਨੂੰ ਇਹ ਦੱਸਦੇ ਰਹੋ ਕਿ ਬਸ ਤੇਰਾ ਤਾਂ ਉਹਨੂੰ ਭੋਗ ਭੈਣ ਵਾਲਾ ਨਾ ਤੇ ਉਹਦੀ ਬਜਾਏ ਜੇ ਤੁਸੀਂ ਮਿਲਦੇ ਹੋ ਤਾਂ ਚੜਦੀ ਕਲਾ ਵਾਲੀ ਗੱਲ ਕਰੋ ਬੰਦੇ ਨੂੰ ਦੱਸੋ ਕਿ ਜਿਉਂਦੇ ਜੀ ਮਤਲਬ ਬਹੁਤ ਕੁਝ ਜ਼ਿੰਦਗੀ 'ਚ ਵਾਪਰਦਾ ਤੇ ਉਹਦੇ 'ਚੋ ਇੱਕ ਚੀਜ਼ ਹੋਈ ਆ ਤੇਰੇ ਨਾਲ ਤੇ ਤੂੰ ਛੇਤੀ ਤੰਦਰੁਸਤ ਹੋ ਜਵੇਂ ਬਿਲਕੁਲ ਸੋ ਅੱਜ ਦਾ ਪ੍ਰੋਗਰਾਮ ਇਹ ਹੀ ਸੀਗਾ ਕਿ ਜਦੋਂ ਕਿਸੇ ਬਿਮਾਰ ਬੰਦੇ ਦੀ ਖਬਰ ਲੈਣ ਜਾਈਏ ਤਾਂ ਕਿਵੇਂ ਜਾਈਏ ਤੇ ਦੂਸਰਾ ਜੇ ਤੁਸੀਂ ਖੁਦ ਬਿਮਾਰ ਹੋ ਤਾਂ ਤੁਸੀਂ ਕਿਹੜੀਆਂ ਚੀਜ਼ਾਂ ਤੇ ਧਿਆਨ ਦੇਣਾ ਕਿਹੜੀਆਂ ਚੀਜ਼ਾਂ ਤੇ ਜਾਂ ਕਿਹੜੀਆਂ ਗੱਲਾਂ ਤੇ ਤੁਸੀਂ ਨਹੀਂ ਦੇਣਾ ਸੋ ਬਹੁਤ ਸ਼ੁਕਰੀਆ ਪ੍ਰੋਗਰਾਮ ਨੂੰ ਵੇਖਣ ਦੇ ਲਈ ਅੱਜ ਦੇ ਇਸ ਐਪੀਸੋਡ 'ਚ ਮੈਂ ਗੁਰਦੀਪ ਗਰੇਵਾਲ ਤੇ ਪੰਡ ਰੋਪਿੰਦਰ ਸੰਧੂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਆ ਫਿਰ ਮਿਲਦੇ ਆ ਸੱਚੀ ਗੱਲ